पंजाब भाजपा आज विधानसभा के घेराव करने में नाकाम रही। यहां तक कि भाजपा के नेताओं और कार्यकर्ताओं को चंडीगढ़ पुलिस ने सेक्टर 37 स्थित पंजाब भाजपा कार्यालय के मुख्य सड़क से आगे भी नहीं बढ़ने दिया। पुलिस ने उनके द्वारा आगे बढ़ने का प्रयास करने पर वाटर कैनन से उनको पीछे खदेड़ दिया। साथ ही दर्जनों कार्यकर्ताओं को बस में भरकर प्रदर्शन के इलाके से दूर ले गई। पंजाब भाजपा और चंडीगढ़ पुलिस के बीच करीब एक घंटे तक संघर्ष जारी रहा, लेकिन मौके पर तैनात भारी पुलिस बल ने पिछली बार की तर्ज पर भाजपा नेताओं कार्यकर्ताओं को इस बार भी वहीं रोके रखा। अश्विनी शर्मा जी ने खास करके कहा कि ये लॉ एंड ऑर्डर से अज धरना है, असी लॉ एंड ऑर्डर खराब थोड़ी करांगे। सो असी जो कहते कानून है, असी साडा राइट है प्रोटेस्ट करने का, उन्होंने राइट है सानू रोकना, क्योंकि शहर के होर भी लोग वसते हैं। सो वी टोटली अप्रीशिएट दैट। सिर्फ असी तो ये पंजाब के जेडे हालात है, ये पंजाब के लोगों के जिन्हों मंजरे आम तक लै आइए, कैमरे वाल सर कैमरे वाल सर इधर कैमरे वाल ਹੋਰਾਂ ਨੂੰ ਵੀ ਸਵਾਲ ਪੁੱਛਣ ਦੇ। ਕੋਈ ਦਿਨ ਐਸਾ ਨਹੀਂ ਹੈ ਜਿਸ ਦਿਨ ਬੱਚਾ ਚਿੱਟੇ ਦੇ ਇੰਜੈਕਸ਼ਨ ਦੇ ਨਾਲ ਆਪਣੀ ਮੌਤ ਨੂੰ ਪ੍ਰਾਪਤ ਨਹੀਂ ਹੁੰਦਾ। ਲੇਕਿਨ ਇਹ ਮਾਨਦੀ ਸਰਕਾਰ ਪੂਰੀ ਤਰ੍ਹਾਂ ਨਾਲ ਅੱਖਾਂ ਬੰਦ ਕਰਕੇ ਬੈਠੀ ਹੈ। ਪੰਜਾਬ ਇੱਕ ਸੀਮਾਵਰਤੀ ਰਾਜ ਹੈ। ਪੰਜਾਬ ਨੇ ਬਹੁਤ ਜ਼ਿਆਦਾ ਸੰਤਾਪ ਦੇਖਿਆ। ਪੰਜਾਬ ਨੇ ਉਸ ਕਾਲੇ ਦੌਰ ਤੋਂ ਪੰਜਾਬੀਆਂ ਨੇ ਜਿੱਤ ਪ੍ਰਾਪਤ ਕੀਤੀ ਹੈ। ਉਹ ਕਾਲਾ ਦੌਰ ਆਤੰਕ ਦਾ ਦੌਰ ਸੀ,
ਉਹ ਵੀ ਹਿੰਦੂ ਸਿੱਖ ਏਕੇ ਨੂੰ ਪੰਜਾਬੀਆਂ ਦੇ ਏਕੇ ਨੂੰ ਤੋੜ ਨਹੀਂ ਪਾਇਆ ਸੀ ਔਰ ਜਿਹੜੀਆਂ ਤਾਕਤਾਂ ਅੱਜ ਸਿਰ ਚੁੱਕ ਰਹੀਆਂ ਉਹ ਵੀ ਪੰਜਾਬ ਦੇ ਹਿੰਦੂ ਸਿੱਖ ਏਕੇ ਨੂੰ ਤੋੜ ਨਹੀਂ ਪਾਉਣਗੀਆਂ ਇਸ ਕਰਕੇ ਕੋਈ ਬਹੁਤ ਜ਼ਿਆਦਾ ਚਿੰਤਾ ਦੀ ਗੱਲ ਨਹੀਂ ਹੈ ਬਹੁਤ ਸਾਰੇ ਲੋਕ ਕਹਿੰਦੇ ਨੇ ਕਿ ਆਤੰਕ ਦੇ ਦੌਰ ਦੇ ਅੰਦਰ ਪੁਲਿਸ ਦਾ ਬਹੁਤ ਵੱਡਾ ਰੋਲ ਸੀ ਵੱਖਵਾਦੀ ਤਾਕਤਾਂ ਨੂੰ ਕੁਚਲਣ ਦੇ ਲਈ ਲੇਕਿਨ ਇੱਕ ਗੱਲ ਯਾਦ ਰੱਖੋ ਪੰਜਾਬ ਦਾ ਆਤੰਕ ਇਸ ਕਰਕੇ ਹਾਰਿਆ ਕਿ ਉਸ ਵੇਲੇ ਪੰਜਾਬੀ ਉਹਦੇ ਖਿਲਾਫ ਖੜਾ ਹੋ ਗਿਆ ਸੀ ਔਰ ਇਸ ਕਰਕੇ ਆਤੰਕ ਜਿਹੜਾ ਉਹਦਾ ਸਮਾਪਤ ਹੋਇਆ ਉਹਦੇ ਵਿੱਚ ਕਾਰਨ ਸੀ ਪੰਜਾਬ ਦੇ ਏਕੇ ਨੂੰ ਤੋੜ ਨਹੀਂ ਪਾਏ ਸੀ ਉਸ ਵੇਲੇ ਅਗਰ ਕਿਸੇ ਹਿੰਦੂ ਨੂੰ ਗੋਲੀ ਲੱਗਦੀ ਸੀ ਤੇ ਉਹਦੀ ਲਾਸ਼ ਨੂੰ ਕੰਧਾ ਦੇਣ ਵਾਲਾ ਸਿੱਖ ਹੁੰਦਾ ਸੀ ਔਰ ਅਗਰ ਕਿਸੇ ਸਿੱਖ ਦੀ ਆਤੰਕ ਦੇ ਨਾਲ ਹੱਤਿਆ ਹੁੰਦੀ ਸੀ ਉਹਦੀ ਲਾਸ਼ ਨੂੰ ਕੰਧਾ ਦੇਣ ਵਾਲਾ ਹਿੰਦੂ ਹੁੰਦਾ ਸੀ ਇਤਨਾ ਗਹਿਰੇ ਰਿਸ਼ਤੇ ਨੂੰ ਇਹ ਅੰਮ੍ਰਿਤਪਾਲ ਤੋੜ ਪਾਏਗਾ ਕਿਆ ਕਿਆ ਹੈ ਅੰਮ੍ਰਿਤਪਾਲ ਇਹ ਆਪਣੇ ਆਪ ਨੂੰ ਪੰਜਾਬ ਦਾ ਵਾਰਿਸ ਕਹਿੰਦਾ ਔਰ ਪੰਜਾਬ ਨੂੰ ਤੋੜਨ ਵਾਲਾ ਕਿਆ ਪੰਜਾਬ ਦਾ ਵਾਰਿਸ ਹੋ ਸਕਦਾ ਕਿਆ ਪੰਜਾਬ ਦੇ ਅੰਦਰ ਵੱਖਵਾਦੀਆਂ ਗੱਲਾਂ ਕਰਨ ਵਾਲਾ ਪੰਜਾਬ ਦਾ ਵਾਰਿਸ ਹੋ ਸਕਦਾ ਪੰਜਾਬ ਨੂੰ ਅੱਗ ਦੇ ਅੰਦਰ ਚੌਕਣ ਵਾਲਾ ਪੰਜਾਬ ਦਾ ਵਾਰਿਸ ਕਦੇ ਨਹੀਂ ਹੋ ਸਕਦਾ ਮੀਡੀਆ ਪੁੱਛਦਾ ਕਿ ਭਾਈ ਕੀ ਜ਼ਰੂਰਤ ਪਈ ਕਿ ਭਾਰਤੀ ਜਨਤਾ ਪਾਰਟੀ ਨੂੰ ਚੰਡੀਗੜ੍ਹ ਦੇ ਵਿੱਚ ਇਹ ਭਗਵੰਤ ਮਾਨ ਦੀ ਗੂੰਗੀ ਤੇ ਬੋਲੀ ਸਰਕਾਰ ਨੂੰ ਜਗਾਉਣ ਦੀ ਲੋੜ ਪੈ ਰਹੀ ਹੈ ਅਸੀਂ ਭਗਵੰਤ ਮਾਨ ਦੇ ਕੋਲੋਂ ਭਾਰਤੀ ਜਨਤਾ ਪਾਰਟੀ ਦੇ ਨਹੀਂ ਪੰਜਾਬ ਦੇ ਲੋਕਾਂ ਦੇ ਸਵਾਲ ਪੁੱਛਣ ਵਾਸਤੇ ਆਏ ਹਾਂ ਅਸੀਂ ਇਹ ਪੁੱਛਣ ਵਾਸਤੇ ਆਏ ਹਾਂ ਬਈ ਇੱਕ ਗੱਲ ਦੱਸ ਦਿਓ ਭਗਵੰਤ ਮਾਨ ਜੀ ਤੁਹਾਡਾ ਤੇ ਅੰਮ੍ਰਿਤਪਾਲ ਦਾ ਇਹ ਰਿਸ਼ਤਾ ਕੀ ਹੈ ਇਹ ਵੀ ਦੱਸ ਦਿਓ ਕਿ 15 ਦਿਨ ਹੋ ਗਏ ਪੂਰਾ ਦੇਸ਼ ਅਜਨਾਲੇ ਦੀ ਘਟਨਾ ਨਾਲ ਸ਼ਰਮਸਾਰ ਹੋਇਆ ਪੰਜਾਬ ਦਾ ਨੱਕ ਵੱਢਿਆ ਗਿਆ ਪੰਜਾਬ ਦੀ ਪੁਲਿਸ ਦਾ ਮਨੋਬਲ ਡਿੱਗਿਆ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਪੈਦਾ ਹੋਇਆ 15 ਦਿਨ ਬੀਤਣ ਦੇ ਬਾਅਦ ਅੱਜ ਤੱਕ ਕੋਈ FIR ਤੁਸੀਂ ਦਰਜ ਨਹੀਂ ਕੀਤੀ ਤੇ ਇਹਨਾਂ ਦੱਸ ਦਿਓ ਕਿ ਇਹ ਤੁਹਾਡੇ ਇਹ ਸਾਰਿਆਂ ਨੂੰ ਹੁਕਮ ਜਿਹੜਾ ਇਹ ਕੇਜਰੀਵਾਲ ਦਾ ਹੁਕਮ ਹੈ ਕਿ ਅੰਮ੍ਰਿਤਪਾਲ ਦੇ ਖਿਲਾਫ ਕਾਰਵਾਈ ਨਹੀਂ ਕਰਨੀ ਦੂਸਰੀ ਗੱਲ ਅਸੀਂ ਇਹ ਪੁੱਛਣਾ ਚਾਹੁੰਦੇ ਹਾਂ ਕਿ ਜੇਲ੍ਹਾਂ ਦੇ ਅੰਦਰ ਜਿਸ ਤਰ੍ਹਾਂ ਗੈਂਗਸਟਰਾਂ ਨੂੰ 5-star ਖਾਣਾ ਦਿੱਤਾ ਜਾਂਦਾ ਗੈਂਗਸਟਰਾਂ ਨੂੰ 5-star ਕੱਪੜੇ ਦਿੱਤੇ ਜਾਂਦੇ ਹੈ ਜਿਸ ਤਰ੍ਹਾਂ 5-star ਰਹਿਣ ਦੀ ਫੈਸਿਲਿਟੀ ਦਿੱਤੀ ਜਾਂਦੀ ਹੈ ਔਰ ਉੱਥੇ ਖੁੱਲੀ ਛੂਟ ਦਿੱਤੀ ਹੋਈ ਆ ਇਹਦੇ ਪਿੱਛੇ ਕਿਹਦਾ ਹੱਥ ਆ ਇਹ ਕਿਹਦਾ ਹੁਕਮ ਹੈ ਭਗਵੰਤ ਮਾਨ ਜੀ ਦਿਨ ਬਾਅਦ ਚ ਚੜਦਾ ਤੇ ਲੁੱਟਾਂ ਖੋਹ ਜਾਂਦੀਆਂ ਦਿਨ ਬਾਅਦ ਚ ਚੜਦਾ ਤੇ ਬਈ ਗੈਂਗਸਟਰ ਵਾਦ ਹੋਇਆ ਹੁੰਦਾ ਦਿਨ ਬਾਅਦ ਚ ਚੜਦਾ ਤੇ ਨਸ਼ਿਆਂ ਨਾਲ ਲੋਕ ਮਾਰੇ ਹੁੰਦੇ ਆ ਦਿਨ ਬਾਅਦ ਚ ਚੜਦਾ ਤੇ ਭੈਣਾਂ ਦੀ ਰਾਖੀ ਤੇ ਬੁਢਾਪੇ ਦੀ ਲਾਠੀ ਇਹ ਟੁੱਟੀ ਹੋਈ ਨਜ਼ਰ ਆਉਂਦੀ ਹੈ ਭਗਵੰਤ ਮਾਨ ਜੀ ਸਾਡਾ ਸਿੱਧਾ ਇਲਜ਼ਾਮ ਆ ਕਿ ਭਗਵੰਤ ਮਾਨ ਦੀ ਸਰਕਾਰ ਦਾ ਕੇਜਰੀਵਾਲ ਦਾ ਤੇ ਗੈਂਗਸਟਰਾਂ ਦਾ ਇਹ ਆਪਸੀ ਨੈਕਸਜ ਹੈ
ਇਹ ਨੈਕਸਜ ਨੂੰ ਭਾਰਤੀ ਜਨਤਾ ਪਾਰਟੀ ਤੋੜੇਗੀ, ਭਾਰਤੀ ਜਨਤਾ ਪਾਰਟੀ ਸੜਕਾਂ ਤੇ ਉੱਤੇਗੀ, ਭਾਰਤੀ ਜਨਤਾ ਪਾਰਟੀ ਇਹ ਬਰਦਾਸ਼ਤ ਨਹੀਂ ਕਰੇਗੀ ਕਿ ਪੰਜਾਬ ਦੇ ਲੋਕਾਂ ਨੂੰ ਅਸੀਂ ਮਰਦਿਆਂ ਦੇਖ ਲਈਏ, ਪੰਜਾਬ ਦੀ ਜਵਾਨੀ ਨੂੰ ਨਸ਼ਿਆਂ 'ਚ ਉੱਜੜਦਿਆਂ ਦੇਖ ਲਈਏ, ਭੈਣਾਂ ਨੂੰ ਤੜਫਦਿਆਂ ਦੇਖ ਲਈਏ, ਮਾਵਾਂ ਨੂੰ ਰੋਂਦਿਆਂ ਦੇਖ ਲਈਏ, ਬਜ਼ੁਰਗਾਂ ਨੂੰ ਵਿਖਲਾਉਂਦਿਆਂ ਦੇਖ ਲਈਏ, ਇਹ ਭਾਰਤੀ ਜਨਤਾ ਪਾਰਟੀ ਬਰਦਾਸ਼ਤ ਨਹੀਂ ਕਰੇਗੀ। ਅੱਜ ਪੂਰਾ ਪੰਜਾਬ ਭਾਰਤੀ ਜਨਤਾ ਪਾਰਟੀ ਵਾਲੇ ਪਾਸੇ ਦੇਖ ਰਿਹਾ, ਲੋਕ ਕਹਿ ਰਹੇ ਹੈ ਕਿ ਇਹ ਗੁੰਡਿਆਂ ਨੂੰ ਕੋਈ ਨੱਥ ਪਾ ਸਕਦਾ ਹੈ, ਜੇ ਲਾਅ ਐਂਡ ਆਰਡਰ ਨੂੰ ਕੋਈ ਠੀਕ ਕਰ ਸਕਦਾ ਹੈ ਤੇ ਭਾਰਤੀ ਜਨਤਾ ਪਾਰਟੀ ਕਰ ਸਕਦੀ ਹੈ। ਇਸੇ ਲਈ ਅੱਜ ਅਸੀਂ ਪੰਜਾਬ ਵਿਧਾਨ ਸਭਾ ਘਿਰਾਓ ਕਰਨ ਜਾ ਰਹੇ ਹਾਂ। ਅਸੀਂ ਇਹ ਪੁੱਛਾਂਗੇ ਉਸ ਜਗ੍ਹਾ ਦੇ ਉੱਪਰ, ਭਗਵੰਤ ਮਾਨ ਜੀ, ਜਿਸ ਤਰੀਕੇ ਦੇ ਨਾਲ ਮੀਡੀਆ ਦੀ ਆਵਾਜ਼ ਨੂੰ ਦਬਾਇਆ ਗਿਆ, ਜਿਸ ਤਰੀਕੇ ਨਾਲ ਮੀਡੀਆ ਦੀ ਤੁਸੀਂ ਉੱਥੇ ਕਟਿੰਗ ਕੀਤੀ, ਮੀਡੀਆ ਨੂੰ ਤੁਸੀਂ ਬੇਇੱਜ਼ਤ ਕੀਤਾ ਔਰ ਲੋਕਾਂ ਨੂੰ ਤੁਸੀਂ ਬੇਇੱਜ਼ਤ ਕਰਦੇ ਹੋ, ਇੱਕ ਇੱਕ ਗੱਲ ਦਾ ਹਿਸਾਬ ਭਾਰਤੀ ਜਨਤਾ ਪਾਰਟੀ ਮੰਗੇਗੀ ਔਰ ਅਸੀਂ ਪੂਰੇ ਜੋਸ਼ ਦੇ ਨਾਲ, ਪੂਰੇ ਹੋਸ਼ ਦੇ ਨਾਲ ਕਾਨੂੰਨ ਨੂੰ ਸਾਹਮਣੇ ਰੱਖਦੇ ਹੋਏ ਅਸੀਂ ਵਿਧਾਨ ਸਭਾ ਤੱਕ ਮਾਰਚ ਕਰਾਂਗੇ। ਧੰਨਵਾਦ, ਜੈ ਹਿੰਦ। ਮੈਂ ਕਮਲਦੀਪ ਸਿੰਘ ਸੈਣੀ, ਹਲਕਾ ਇੰਚਾਰਜ ਵਿਧਾਨ ਸਭਾ ਖਰੜ। ਅੱਜ ਅਸੀਂ ਜਿਹੜਾ ਇਹ ਸਟੇਟ ਦਾ ਧਰਨਾ ਵਿਧਾਨ ਸਭਾ ਦਾ ਘਿਰਾਓ ਕਰਨ ਜਾ ਰਹੇ ਹਾਂ, ਜਿਹੜੀ ਪੰਜਾਬ ਦੀ ਇਹ ਗੂੰਗੀ ਬੋਲੀ ਸਰਕਾਰ ਹੈ ਉਹਨੂੰ ਅੱਜ ਜਗਾਉਣ ਦੀ ਕੋਸ਼ਿਸ਼ ਕਰਨੀ ਹੈ ਅਸੀਂ, ਜੋ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਦੀ ਮਾੜੀ ਹਾਲਤ ਇਸ ਵੇਲੇ, ਜਿੱਦਾਂ ਕਿ ਸੀਰੀਆ ਦੇ ਵਿੱਚ ਕੰਮ ਹੋ ਗਿਆ ਸੀਗਾ ਕਿ ਲੋਕਾਂ ਦੇ ਲੁੱਟ ਖਸੁੱਟ ਸ਼ੁਰੂ ਹੋ ਗਈ ਸੀ, ਜਿਵੇਂ ਅਜਨਾਲੇ ਦੇ ਵਿੱਚ ਪੁਲਿਸ ਸਟੇਸ਼ਨ 'ਤੇ ਕਬਜ਼ਾ ਹੋਇਆ ਔਰ ਸਾਰੇ ਪੰਜਾਬ ਦੇ ਵਿੱਚ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਹੈ। ਸੋ ਪੰਜਾਬ ਦਾ ਲਾਅ ਐਂਡ ਆਰਡਰ ਫੇਲ ਹੋ ਚੁੱਕਿਆ ਔਰ ਜਿਹੜੇ ਪੰਜਾਬ ਦੇ CM ਹੈ ਉਹ ਇਹ ਕਹਿ ਰਹੇ ਨੇ ਕਿ ਪੰਜਾਬ ਦੀ ਜਿਹੜੀ ਲਾਅ ਐਂਡ ਆਰਡਰ ਸਿਚੁਏਸ਼ਨ ਹੈ ਬਹੁਤ ਵਧੀਆ ਹੈ। ਉਹ ਪਤਾ ਨਹੀਂ ਕਿਹੜੇ ਵੇਲੇ ਦਾ ਉਹ ਚੁੱਕ ਕੇ ਇੱਕ ਚਾਰਟਰ ਜਿਹਾ ਦਿਖਾ ਰਹੇ ਹੈ ਕਿ ਜੀ ਸਾਡੀ ਅਸੈਸਮੈਂਟ ਦੇ ਵਿੱਚ ਸਾਨੂੰ 88% ਉਹਨਾਂ ਨੇ ਕਿਹਾ ਵੀ ਪੰਜਾਬ ਸਿਕਿਓਰ ਸਟੇਟ ਹੈ। ਸੋ ਅੱਜ ਅਸੀਂ ਇਹ ਸਟੇਟ ਵਾਈਡ ਜਿਹੜਾ ਸਾਰੀ ਕਾਲ ਕੀਤੀ ਹੈ, ਸਾਰੇ ਜ਼ਿਲ੍ਹਿਆਂ ਤੋਂ ਬੰਦੇ ਪਹੁੰਚੇ ਆ, ਹੁਣ ਅਸੀਂ ਥੋੜ੍ਹੀ ਦੇਰ ਤੱਕ ਵਿਧਾਨ ਸਭਾ ਵੱਲ ਕੂਚ ਕਰਾਂਗੇ ਔਰ ਉੱਥੇ ਘਿਰਾਵ ਕਰਾਂਗੇ ਔਰ ਕੋਸ਼ਿਸ਼ ਕਰਾਂਗੇ ਇਸ ਅੰਨੀ ਬੋਲੀ ਸਰਕਾਰ ਨੂੰ ਜਗਾਉਣ ਦੀ। ਕੱਲ੍ਹ CM ਸਾਹਿਬ ਨੇ ਬਾਜਵਾ ਸਾਹਿਬ ਨੂੰ ਵੀ ਬਹੁਤ ਕੁਛ ਸੁਣਾਤਾ ਕਿ ਅਸੀਂ ਸਾਰਿਆਂ ਨੂੰ ਦੇਖ ਲਾਂਗੇ, ਜੋ ਜੋ ਰਹਿ ਗਿਆ ਉਹਨਾਂ ਨੂੰ ਵੀ ਅੰਦਰ ਕਰਾਂਗੇ, ਇਹ ਕਿਸ ਅੰਦਰ ਕੀ ਲੈਂਦੇ, ਕਿਸ ਤਰ੍ਹਾਂ ਲੈਂਦੇ? ਦੇਖੋ ਜਿਹੜਾ ਇਹ ਸਰਕਾਰ ਜਿਹੜੀ ਹੈਗੀ ਆਮ ਆਦਮੀ ਪਾਰਟੀ ਕਹਿ ਕੇ ਆਈ ਸੀ ਕਿ ਅਸੀਂ ਲੋਕਾਂ ਦੇ ਮੁੱਦੇ ਚੁੱਕਾਂਗੇ, ਇਹ ਹੰਕਾਰ ਬੋਲ ਰਿਹਾ। ਜੋ ਕੱਲ੍ਹ CM ਦੀ ਲੈਂਗੁਏਜ ਸੀਗੀ, ਜੋ ਉਹਨਾਂ ਦਾ ਇੱਕ ਵਤੀਰਾ ਆਪਣੇ ਕੁਲੀਗ ਦੇ ਪ੍ਰਤੀ, ਉਹ ਇੱਕ ਹੰਕਾਰ ਬੋਲਦਾ ਕਿ ਸਾਰਿਆਂ ਨੂੰ ਦੇਖ ਲਾਂਗੇ। ਇੱਕ ਵਿਜੀਲੈਂਸ ਦਾ ਗਲਤ ਇਸਤੇਮਾਲ ਹੋ ਰਿਹਾ ਔਰ ਜਿਹਨੂੰ ਕਹਿ ਰਹੇ ਆ ਵੀ ਟਾਰਗੇਟ ਕੀਤਾ ਜਾ ਰਿਹਾ, ਚਲੋ ਠੀਕ ਹੈ, ਉਹ ਟਾਈਮ ਦੀ ਗੱਲ ਹੈ, ਹੁਣ ਅੱਜ ਉਹਨਾਂ ਦਾ ਟਾਈਮ ਹੈ, ਕੱਲ੍ਹ ਨੂੰ ਜੋ ਇਹ ਕਹਿ ਰਹੇ ਵੀ ਕਰਪਸ਼ਨ ਇਹਨਾਂ ਦੇ ਟਾਈਮ ਜ਼ਿਆਦਾ ਹੋ ਰਹੀ ਹੈ, ਜਿਹੜਾ ਮੁਹੱਲਾ ਕਲੀਨਿਕ ਦਾ ਡਰਾਮਾ ਕਰ ਰਹੇ ਆ, 10 ਕਰੋੜ ਰੁਪਏ ਮੁਹੱਲਾ ਕਲੀਨਿਕ ਦੇ ਕਲੀਨਿਕਸ 'ਤੇ ਖਰਚਾ ਆਇਆ, 30 ਕਰੋੜ ਰੁਪਏ ਦੀ ਐਡ ਦੇ ਰਹੇ, ਇਹ ਵੀ ਕਰਪਸ਼ਨ ਹੀ ਹੈ, ਹੋਰ ਕੀ ਹੈ? ਸ਼ਰਾਬ ਨੀਤੀ ਨੂੰ ਲੈ ਕੇ ਵੀ ਬੜੀ ਚਰਚਾਵਾਂ ਚੱਲ ਰਹੀਆਂ ਨੇ। ਹਾਂਜੀ, ਉਹ ਜਿਹੜੀ ਐਕਸਾਈਜ਼ ਪਾਲਿਸੀ ਉਹ ਸੇਮ ਇਹਨਾਂ ਨੇ ਦਿੱਲੀ ਵਾਲੀ ਇੰਪਲੀਮੈਂਟ ਕਰਨ ਦੀ ਕੋਸ਼ਿਸ਼ ਕੀਤੀ ਹੈ। ਸੋ ਦਿੱਲੀ ਦੇ ਵਿੱਚ ਤਾਂ ਉਹ ਪਰਦਾਫਾਸ਼ ਹੋ ਗਿਆ, ਉਹਦਾ ਜਿਹੜਾ ਇਹਨਾਂ ਦੇ ਡਿਪਟੀ ਮੁੱਖ ਮੰਤਰੀ ਹੈ ਮਨੀਸ਼ ਸਿਸੋਡੀਆ ਜੀ, ਉਹ ਅੰਦਰ ਚਲੇ ਗਿਆ। ਉਹੀ ਪਾਲਿਸੀ ਇਹਨਾਂ ਨੇ ਇੱਥੇ ਰੱਖੀ ਹੈ, ਉਹੀ ਫੋਰਮ ਇਹਨਾਂ ਨੇ ਵੈਬਸਾਈਟ 'ਤੇ ਪਾਇਆ ਹੋਇਆ ਸੀ, ਅਪਲੋਡ ਕੀਤਾ ਹੋਇਆ ਸੀ ਔਰ ਜਿਸ ਦਿਨ ਮਨੀਸ਼ ਸਿਸੋਡੀਆ ਅਰੈਸਟ ਹੋਇਆ ਉਸੇ ਦਿਨ ਉਹ ਫੋਰਮ ਵੈਬਸਾਈਟ ਤੋਂ ਹਟਾ ਲਿਆ ਇਹਨਾਂ ਨੇ। ਸੋ ਉੱਥੋਂ ਪਤਾ ਲੱਗਦਾ ਕਿ ਇਹ ਜਿਹੜੀ ਐਕਸਾਈਜ਼ ਨੀਤੀ ਹੈ ਦਿੱਲੀ ਵਾਲੀ, ਇਹਨਾਂ ਨੇ ਇੱਥੇ ਪੰਜਾਬ 'ਚ ਵੀ ਲੁੱਟ ਘਸੁੱਟ ਕਰਨ ਦਾ ਪ੍ਰੋਗਰਾਮ ਬਣਾਇਆ ਸੀ
ਸੋ ਉਹਦੇ ਅਗੇਂਸਟ ਵੀ ਵਾਜ ਚੁੱਕਾਂਗੇ ਅਸੀਂ। ਲੱਗਦਾ ਕਿ ਅੱਜ ਤੁਹਾਨੂੰ ਵਿਧਾਨ ਸਭਾ ਤੱਕ ਜਾਣ ਪਹੁੰਚਣ ਦੇਣਗੇ, ਕਿਤੇ ਨਾ ਕਿਤੇ ਰੁਕਾਵਟ ਨਹੀਂ ਕਰਨਗੇ? ਦੇਖੋ ਕੋਸ਼ਿਸ਼ ਤਾਂ ਰਹੇਗੀ, ਬਾਕੀ ਦੇਖਦੇ ਹਾਂ ਜੀ ਕਿਸ ਤਰ੍ਹਾਂ ਦਾ ਅਰੇਂਜਮੈਂਟ ਆਉਂਦਾ, ਕਿੱਥੇ ਤੱਕ ਪਹੁੰਚ ਸਕਦੇ ਹਾਂ, ਕੋਸ਼ਿਸ਼ ਕਰਾਂਗੇ ਵਿਧਾਨ ਸਭਾ ਤੱਕ ਪਹੁੰਚਣ ਦੀ। ਬਹੁਤ ਬਹੁਤ ਧੰਨਵਾਦ। ਤਾਜ਼ਾ ਅਪਡੇਟਸ ਬੜੀ ਖਬਰੋਂ ਕੇ ਲਈ ਸਬਸਕ੍ਰਾਈਬ ਕਰੇਂ ਅੱਜ ਪ੍ਰਕਾਸ਼ ਟੀਵੀ ਔਰ ਬੈਲ ਆਈਕਨ ਦਬਾਨਾ ਨਾ ਭੁਲੇ।